ਅੱਜ ਦੇ ਸਾਡੇ ਇਸ ਸਪੈਸ਼ਲ ਐਪੀਸੋਡ ਦੇ ਵਿੱਚ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਇਸ ਵੇਲੇ ਜੋ ਸਾਡੇ ਮੁਲਕ 'ਚ ਨਹੀਂ ਬਲਕਿ ਸਾਰੇ ਸੰਸਾਰ ਦੇ ਵਿੱਚ ਬੜੀ ਵੱਡੀ ਚਿੰਤਾ ਦੀ ਜਿਹੜੀ ਇਸ ਵੇਲੇ ਗੱਲ ਹੈ ਉਹ ਹੈ ਗਲੋਬਲ ਵਾਰਮਿੰਗ। ਤੋਂ ਗਲੋਬਲ ਵਾਰਮਿੰਗ ਦੇ ਕਈ ਕਾਰਨ ਨੇ ਔਰ ਇਹਦੇ ਬਾਰੇ ਸਮੇਂ-ਸਮੇਂ 'ਤੇ ਇੰਟਰਨੈਸ਼ਨਲ ਲੈਵਲ ਤੇ ਬੜੀਆਂ ਡੂੰਘੀਆਂ ਵਿਚਾਰਾਂ ਹੋ ਰਹੀਆਂ ਡਿਸਕਸ਼ਨਸ ਹੋ ਰਹੀਆਂ ਪੈਰਿਸ ਕੋਡ ਆਪਾਂ ਸਾਰੇ ਜਾਣਦੇ ਹਾਂ ਕਿ ਵਰਲਡ ਓਵਰ ਕੰਪਨੀਆਂ ਜਿਹੜੇ ਮੁਲਕ ਹੈ ਉਹਨਾਂ ਦੇ ਹੈਡਸ ਉੱਤੇ ਗਏ ਐ ਕੁਝ ਪ੍ਰੋਮਿਸ ਕਰਕੇ ਆਏ ਐ ਤੋ ਕੈਨੇਡਾ ਜਿਹੜਾ ਸਾਡਾ ਮੁਲਕ ਹੈ ਉਹ ਵੀ ਉਹਦਾ ਇੱਕ ਹਿੱਸਾ ਹੈ ਕੈਨੇਡਾ ਨੇ ਵੀ ਉੱਥੇ ਕੁਝ ਕਮਿਟਮੈਂਟਸ ਕੀਤੀਆਂ ਆ ਉਸ ਅਕੋਰਡ ਦੇ ਵਿੱਚ ਇੰਟਰਨੈਸ਼ਨਲ ਲੈਵਲ ਦੇ ਉੱਤੇ ਕਿ ਅਸੀਂ ਗਲੋਬਲ ਵਾਰਮਿੰਗ ਨੂੰ ਘਟਾਉਣ ਲਈ ਬਹੁਤ ਸਾਰੇ ਯਤਨ ਕਰਾਂਗੇ ਇਹਨਾਂ ਵਿੱਚੋਂ ਜੇ ਦੇਖਿਆ ਜਾਵੇ ਤੇ ਜਿੱਥੇ ਕਲੀਨ એનર્ਜੀ ਗ੍ਰੀਨ એનર્ਜੀ ਵਾਸਤੇ ਬਹੁਤ ਸਾਰੇ ਉਪਰਾਲੇ ਸਰਕਾਰ ਕਰ ਰਹੀ ਹੈ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਵੱਡਾ ਉਪਰਾਲਾ ਹੈ ਕਿ ਜਿਹੜੇ ਸਾਡੇ ਵਹੀਕਲਸ ਨੇ ਉਹਨਾਂ ਨੂੰ ਇਲੈਕਟ੍ਰੀਫਾਈ ਕੀਤਾ ਜਾਵੇ ਇਲੈਕਟ੍ਰਿਕ ਵਹੀਕਲ ਜਿਹੜੇ ਆ ਸਰਕਾਂ ਤੇ ਉਹ ਵੱਧ ਵੱਧ ਲੈ ਆਂਦੇ ਜਾਣ ਲਾਈਟ ਵਹੀਕਲ ਹੋਣ ਮੀਡੀਅਮ ਹੋਣ ਹੈਵੀ ਹੋਣ ਸੋ ਉਹਦੇ ਲਈ ਅਵੇਅਰਨੈਸ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਵੱਲੋਂ ਐਨਆਰ ਕੈਨ ਇੱਕ ਪ੍ਰੋਗਰਾਮ ਜਿਹੜਾ ਚਲਾਇਆ ਗਿਆ ਹੈ ਇਹਦੇ ਵਾਸਤੇ ਲਾਈਟ ਵਹੀਕਲਸ ਲਈ ਵੀ ਔਰ ਹੈਵੀ ਜਾਂ ਮੀਡੀਅਮ ਵਹੀਕਲਸ ਲਈ ਵੀ ਉਹਦੇ ਤਹਿਤ ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਸਤਨਾਮ ਸਿੰਘ ਹੋਰੀ ਆਏ ਹੋਏ ਨੇ ਔਰ ਸਤਨਾਮ ਸਿੰਘ ਹੋਰੀ ਜਿੱਥੇ ਖੁਦ ਟਰਕਿੰਗ ਇੰਡਸਟਰੀ ਦੇ ਨਾਲ ਬੜੇ ਲੰਮੇ ਸਮੇਂ ਤੋਂ ਵਾਬਸਤਾਨ ਹੈ ਉਥੇ ਇਹ ਕੈਨੇਡੀਅਨs ਟਰੱਕਰਸ ਵੈਲਫੇਅਰ ਐਸੋਸੀਏਸ਼ਨ ਇਹਨਾਂ ਦੀ ਇੱਕ ਸੰਸਥਾ ਹੈ ਉਹਦੇ ਉਹਨੂੰ ਇਹ ਚਲਾ ਰਹੇ ਨੇ ਉਹਦੇ ਪ੍ਰੈਜ਼ੀਡੈਂਟ ਵੀ ਨੇ ਤੋਂ ਜਿੱਥੇ ਅਸੀਂ ਅੱਜ ਇਹਨਾਂ ਤੋਂ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਸੋ ਫਾਰ ਇਹਨਾਂ ਦੇ ਤਜਰਬੇ ਦੇ ਮੁਤਾਬਕ ਜਿਹੜੇ ਹੈਵੀ ਵਹੀਕਲਸ ਨੇ ਉਹਨਾਂ ਚ ਕੀ ਕੀ ਚੈਲੰਜਸ ਆ ਰਹੇ ਨੇ ਜਿਹੜੇ ਇਲੈਕਟ੍ਰਿਕ ਟਰੱਕਸ ਨੂੰ ਲੈ ਕੇ ਅਪਣਾਉਣ ਨੂੰ ਲੈ ਕੇ ਉਹਦੇ ਬਾਰੇ ਅਸੀਂ ਉਹਨਾਂ ਨੂੰ ਤੁਹਾਨੂੰ ਮਿਲਾਨ ਜਾ ਰਹੇ ਹਾਂ ਸਤਿਨਾਮ ਸਿੰਘ ਹੋਰਨਾਲ ਸਤਿਨਾਮ ਸਿੰਘ ਜੀ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਪਹਿਲਾਂ ਤਾਂ ਜੀ ਤੁਸੀਂ ਸਾਨੂੰ ਆਪਣੇ ਇੱਥੇ ਬੁਲਾਇਆ ਸੋ ਧੰਨਵਾਦ ਤੁਹਾਡਾ ਸੋ ਸਾਨੂੰ ਮੌਕਾ ਦਿੱਤਾ ਆਪਣੀ ਗੱਲ ਰੱਖਣ ਦਾ ਸੋ ਆਲਵੇਜ਼ ਤੁਸੀਂ ਪਹਿਲਾਂ ਪਹਿਲਾਂ ਹੀ ਰਹਿੰਦੇ ਹੋ ਤੇ ਮੈਂ ਇਹੀ ਚਾਹੁੰਦਾ ਵੀ ਆਪਾਂ ਜਿਹੜੀ ਵੀ ਗੱਲਬਾਤ ਇਹਦੀ EV ਦੇ ਰਿਲੇਟਡ ਅੱਜ ਕਰਨੀ ਜਾ ਰਹੇ ਆ ਇਹ ਬਹੁਤ ਇੰਪੋਰਟੈਂਟ ਆ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਪੂਰੀ ਦੁਨੀਆ 'ਚ ਆਬਵੀਅਸਲੀ ਜਿਹੜਿਆ ਪੋਲੂਸ਼ਨ ਜਾਂ ਗਲੋਬਲ ਵਾਰਮਿੰਗ ਕਹੋ ਜਾਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਆਪਣੇ ਆਪ ਨੂੰ ਜਾਂ ਆ ਰਹੀਆਂ ਬਿਮਾਰੀਆਂ ਰੱਖ ਲਓ ਇਹਦੇ ਨਾਲ ਬਹੁਤ ਪ੍ਰੋਬਲਮ ਆ ਰਹੀਆਂ ਪਰ ਆਪਾਂ ਉਹਦੇ ਬਾਰੇ ਗੱਲਬਾਤ ਰੱਖਾਂਗੇ ਆਪਣੀ ਸੋ ਜਿਹੜੇ ਜਿਹੜੇ ਤੁਸੀਂ ਕੁਐਸਚਨ ਕਰੋਗੇ ਆਪਾਂ ਉਹਦਾ ਆਨਸਰ ਦਵਾਂਗੇ ਜੀ ਅਸੀਂ ਦੱਸ ਦਈਏ ਜੀ ਕਿ ਇਹ ਅਸੀਂ ਇੱਕ ਜਿਹੜਾ ਇੱਕ ਪੰਮਫਲੈਟ ਕਹਿ ਲੋ ਬਣਾਇਆ ਹੈ ਇੱਕ ਬੁੱਕਲੇਟ ਬਣਾਈ ਹੈ ਔਰ ਇਹ ਅਸੀਂ ਜਗਾ ਜਗਾ ਵੰਡ ਰਹੇ ਆ ਬਹੁਤ ਸਾਰੇ ਟਰੱਕਰਜ਼ ਨੂੰ ਅਸੀਂ ਇਹ ਜਾ ਜਾ ਕੇ ਉਹਨਾਂ ਦੇ ਯਾਰਡ ਦੇ ਵਿੱਚ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਦੇ ਰਹੇ ਆ ਤਾਂ ਕਿ ਉਹਨੂੰ ਪੜ੍ਹਨ ਤੇ ਇਹਦੇ ਵਿੱਚ ਕਾਫੀ ਸਾਰੀ ਜਾਣਕਾਰੀ ਉਹਨਾਂ ਤੱਕ ਪਹੁੰਚ ਸਕੇ ਤੋਂ ਕਹਿੰਦੇ ਕਿੰਨੇ ਸਾਲਾਂ ਤੋਂ ਤੁਸੀਂ ਟਰਕਿੰਗ ਡੈਸਟੀਨੇਸ਼ਨ ਆ ਵਸਥਾ ਮੈਨੂੰ 18 ਸਾਲ ਹੋ ਗਏ ਜੀ ਪੂਰੇ 18 ਸਾਲ 19ਵੇਂ ਸਾਲ ਚੱਲ ਗਿਆ ਜੀ ਹੁਣ ਇਸ ਟਾਈਮ ਟਰਕਿੰਗ ਦੇ ਨਾਲ ਜੁੜਿਆ ਹੋਇਆ ਹਾਂ ਨੂੰ ਸੋ ਬੜੇ ਉਤਰਾ ਚੜਾ ਟਰਕਿੰਗ ਦੇ ਵਿੱਚ ਆਲਵੇਸ ਦੇਖਣ ਨੂੰ ਮਿਲੇ ਕਿ ਜਦੋਂ ਇੱਕ ਬਿਨਾ ਜਦੋਂ ਟਰੱਕ ਸਟਾਰਟ ਕੀਤੇ ਸੀ ਉਦੋਂ ਕੋਈ ਵੀ ਈਜ਼ੀਰ ਪਹਿਲਾਂ ਸਟਾਰਟ ਹੋਇਆ ਉਸ ਤੋਂ ਬਾਅਦ ਈਜ਼ੀਰ ਤੋਂ ਬਾਅਦ ਫਿਰ ਇਹਨਾਂ ਨੇ ਇੱਕ ਜੂਰੀਅਸ ਸਿਸਟਮ ਸਟਾਰਟ ਕੀਤਾ ਉਸ ਤੋਂ ਬਾਅਦ ਇਹਨਾਂ ਨੇ ਡੈਫ ਸਿਸਟਮ ਨਮਾ ਇੱਕ ਉਹਦੀ ਕਾਰ ਕੱਢੀ ਹੁਣ ਈਵੀ ਵੱਲੋਂ ਇਹ ਤਰ੍ਹਾਂ ਪਿਆ ਜੀ ਚੌਥੀ ਜਨਰੇਸ਼ਨ ਦੇ ਵਿੱਚ ਚੱਲੇ ਆ ਜੀ ਟਰਕਿੰਗ ਦੇ ਵਿੱਚ ਠੀਕ ਹੈ ਤੁਸੀਂ ਓਨਰ ਆਪਰੇਟਰ ਹੋ ਜੀ ਓਨਰ ਆਪਰੇਟਰ ਆਪਣੀ ਆਪਣੀ ਪਰਸਨਲ ਕੰਪਨੀ ਵੀ ਹੈਗੀ ਹੈ ਕੰਪਨੀ ਦੀ ਵੀ ਓਨ ਕਰਦੇ ਹੋ ਹਾਂਜੀ ਕੰਪਨੀ ਦੀ ਵੀ ਠੀਕ ਹੈ ਤਾਂ ਤੁਸੀਂ ਜਦੋਂ ਇਹ ਜਿਹੜਾ ਟਰੱਕ ਖਰੀਦਦੇ ਆ ਜੀ ਆਫ ਕੋਰਸ ਤੁਸੀਂ ਜਿਸਾ ਆਪ ਵੀ ਦੱਸਿਆ ਹੈ ਕਿ ਹੁਣ ਗਲੋਬਲ ਵਾਰਮਿੰਗ ਦੀ ਸਲੇਸ਼ ਇਸ਼ੂ ਕਰਕੇ ਹਰ ਵਿਅਕਤੀ ਚਿੰਤਤ ਹੈ ਤਾਂ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਜਿਹੜੀਆਂ ਸੋ ਫਾਰ ਤੁਹਾਨੂੰ ਇਲੈਕਟ੍ਰਿਕ ਟਰੱਕ ਖਰੀਦਣ ਦੇ ਵਾਸਤੇ ਦੇਖੋ ਜੀ ਪਹਿਲਾਂ ਤਾਂ ਆਪਾਂ ਜੇ ਆਪਾਂ ਟਰੱਕ ਵੱਲ ਨੂੰ ਜਾਣਾ ਹੈ ਨਾ ਜੀ ਪਹਿਲਾਂ ਤਾਂ ਆਪਾਂ ਨੂੰ ਇਹ ਸੋਚਣਾ ਪਊਗਾ ਕਿ ਆਪਾਂ ਜਿਹੜੀ ਛੋਟੀ ਚਾਹੇ ਕਾਰ ਹੀ ਆਪਣੀ ਉਹ ਇਸ ਟਾਈਮ ਸਭ ਤੋਂ ਜ਼ਿਆਦਾ ਜੇ ਰਨ ਕਰਦੀ ਦੇਖੋ ਆਪਾਂ ਅੰਟਾਰੀਓ ਪ੍ਰੋਵਿੰਸ ਦੇ ਵਿੱਚ ਰਹਿੰਦੇ ਆ ਤੇ ਉਹਦੇ ਵਿੱਚ ਵੀ ਇਲੈਕਟ੍ਰੀਕਲ ਡਿਵਾਈਸ ਨਹੀਂ ਪ੍ਰੋਪਰ ਹੈਗੇ ਔਰ ਦੂਸਰੀ ਗੱਲ ਆ ਵੀ ਜਿਹੜੇ ਯਾਰਡ ਆ ਉਹ ਕੋਈ ਵੀ ਕੰਪਨੀ ਦੇ ਪਰਸਨਲ ਨਹੀਂ ਹੈਗੇ ਉਹ ਸਾਰੇ ਰੈਂਟਲ ਨੇ ਬਹੁਤ ਰੇਅਰ ਬਹੁਤ ਵੱਡੀਆਂ-ਕਬਡੀਆਂ ਕੰਪਨੀ ਦੇ ਹੋਣਗੇ ਜਿਨ੍ਹਾਂ ਦੇ ਆਪਣੇ ਕੋਈ ਯਾਰਡ ਹੋਣਗੇ ਹੁਣ ਉੱਥੇ ਉਹ ਕਿੱਦਾਂ ਪ੍ਰੋਵਾਈਡ ਕਰਕੇ ਦੇਣਗੇ ਜਿਹੜਾ ਇਲੈਕਟ੍ਰੀਕਲ ਚਾਰਜਰ ਹੈਗਾ ਤੇ ਇਸ ਟਾਈਮ ਤਾਂ ਜਿਹੜੀ ਸਿਚੁਏਸ਼ਨ ਇਹ ਆ ਵੀ ਕਾਰਾਂ ਨੂੰ ਜੇ ਚਾਰਜ ਕਰਨਾ ਉਹਨਾਂ ਵਾਸਤੇ ਹੀ ਇੱਕ ਕੁ ਮਿੰਟ ਪੂਰਾ ਨਹੀਂ ਹੋ ਰਿਹਾ ਸੋ ਇਹ ਗਵਰਨਮੈਂਟ ਨੂੰ ਬੜੇ ਬੜੇ ਚੈਲੰਜਸ ਆਣਗੇ ਮੈਨੂੰ ਨਹੀਂ ਲੱਗਦਾ ਵੀ ਇਹ ਛੋਟੇ ਚੈਲੰਜਸ ਆ ਕਿਉਂਕਿ ਇੱਥੋਂ ਤੁਸੀਂ ਅਨਟਾਰੀਓ ਤੋਂ 100 ਜਾਂ 200 ਕਿਲੋਮੀਟਰ ਤੁਸੀਂ ਈਸਟ ਵਾਲੀ ਸਾਈਡ ਨੂੰ ਮਲਕੀ ਬੈਰੀ ਵਾਲੀ ਸਾਈਡ ਨੂੰ ਚਲ ਜਿਓ ਤਾਂ ਤੁਸੀਂ ਜਾ ਕੇ ਦੇਖੋਗੇ ਤੇ ਇਹ ਸਿੰਗਲ ਰੋਡ ਨੇ ਈਵਨ ਦੈਨ ਕੋਈ ਟਰੱਕ ਸਟਾਪ ਵੀ ਚੰਗਾ ਨਹੀਂ ਹੈਗਾ ਉਸ ਤੋਂ ਘਟਿਆ ਜਿਹੜੀ ਸਭ ਤੋਂ ਵੱਡੀ ਸਾਨੂੰ ਸਮੱਸਿਆ ਆ ਰਹੀ ਹੈ ਮੈਂ ਤੁਹਾਨੂੰ ਕੁਝ ਉਹਦੇ ਲਈ ਸ਼ੋ ਵੀ ਕਰੂੰਗਾ ਕਿ ਕਈ ਪ੍ਰੋਵੈਂਸਾਂ ਨੇ ਇਹ ਵੀ ਕੀਤਾ ਕਿ ਵਾਸ਼ਰੂਮ ਵਾਸਤੇ ਐਡੀ ਦਿੱਕਤਵਾਜੀ ਆਂਦੀ ਆ ਕਿ ਟਰੱਕ ਚੱਲ ਰਹੇ ਆ ਕਾਰਾਂ ਚੱਲ ਰਹੀਆਂ ਪਰ ਵਾਸ਼ਰੂਮ ਨਹੀਂ ਕਿਤੇ ਜਾਣ ਸੋ ਉਥੇ ਈਵੀ ਦੀ ਆਪਾਂ ਗੱਲ ਕਰ ਰਹੇ ਹਾਂ ਇਸ ਟਾਈਮ ਉਹ ਬਹੁਤ ਵੱਡੀ ਡਿਮਾਂਡ ਆ ਸੋ ਗਵਰਨਮੈਂਟ ਨੂੰ ਬਹੁਤ ਵੱਡੇ ਚੈਲੰਜਸ ਆਣਗੇ ਮੇਨੂੰ ਲੱਗਦਾ ਠੀਕ ਹੈ ਸੋ ਤੁਹਾਡਾ ਜਿਹੜਾ ਮੁੱਦਾ ਪਹਿਲਾਂ ਤੇ ਆਪਾਂ ਗੱਲ ਅੰਡਰਸਟੈਂਡ ਕਰੀਏ ਇਹਨਾਂ ਦਾ ਕਹਿਣਾ ਇਹ ਹੈ ਕਿ ਸਭ ਤੋਂ ਵੱਡਾ ਇਸ਼ੂ ਜਿਹੜਾ ਲੌਂਗ ਰੰ ਜਿਹੜੇ ਲੌਂਗ ਹਾਲ ਤੇ ਜਾਣ ਵਾਲੇ ਲੋਕ ਹੈ ਕਿ ਜੇ ਨੈਟਵਰਕਿੰਗ ਹੀ ਨਹੀਂ ਹੈਗੀ ਚਾਰਜਿੰਗ ਦੀ ਤਾਂ ਕਿਸ ਤਰ੍ਹਾਂ ਫਿਰ ਉਹ ਟਰੱਕ ਖਰੀਦਣ ਕਿਸ ਹਿੰਮਤ ਨਾਲ ਖਰੀਦਣ ਜੇ ਉਹਨਾਂ ਨੂੰ ਪਤਾ ਹੈ ਕਿ ਸਾਨੂੰ ਪ੍ਰੋਪਰ ਜਿਹੜਾ ਇੱਕ ਚਾਰਜਿੰਗ ਦਾ ਜਿਹੜਾ ਨੈਟਵਰਕ ਹੋਣਾ ਚਾਹੀਦਾ ਹਜੇ ਤੱਕ ਉਹ ਬਣਿਆ ਹੀ ਨਹੀਂ ਤੇ ਇੱਕ ਤਾਂ ਇਹਨਾਂ ਦੇ ਮਨ ਦੇ ਵਿੱਚ ਇਹ ਪਹਿਲਾ ਖਦਸ਼ਾ ਹੈ ਦੂਜਾ ਪਿਛਲੇ ਦੀ ਸਰਕਾਰ ਨੇ ਕੁਝ ਇਨਸੈਂਟਿਵ ਦਿੱਤੇ ਸੀਗੇ ਕਿ ਇਲੈਕਟ੍ਰਿਕ ਕਾਰਾਂ ਖਰੀਦੋ ਪਰ ਟਰਕਿੰਗ ਇੰਡਸਟਰੀ ਦੇ ਵਿੱਚ ਜੇ ਟਰੱਕ ਖਰੀਦਣ ਹੋਵੇ ਤਾਂ ਕੋਈ ਇਨਸੈਂਟਿਵ ਹੈ ਨਹੀਂ ਜੀ ਕੋਈ ਇਨਸੈਂਟਿਵ ਨਹੀਂ ਈਵਨ ਥੈਨ ਜਦੋਂ ਡੀਪੀਐਫ ਆਇਆ ਨਾ ਜੀ ਉਹਦੇ ਵਿੱਚ ਵੀ ਦੇਖੋ ਉਹ 5 ਲੱਖ ਤੋਂ ਬਾਅਦ ਉਹਦਾ ਡੀਪੀਐਫ ਦੀ ਕਲੀਨ ਅਪ ਕਰਾਣੀ ਪੈਂਦੀ ਹੈ ਉਹ ਆਲਮੋਸਟ ਸਮ ਆਫ ਥੈਟ ਵੀ ਟਰੱਕ 15 ਤੋਂ 20 ਹਜ਼ਾਰ ਡਾਲਰ ਜਿਹੜੀ ਆ ਐਵਰੀ 500 ਹਜ਼ਾਰ ਤੋਂ ਬਾਅਦ ਉਹਦੀ ਰਿਪੇਅਰ ਆਉਂਦੀ ਆਉਂਦੀ ਆ ਉਹ ਕਰਾਣੀ ਪੈਂਦੀ ਕਲੀਨ ਤੇ ਗਵਰਨਮੈਂਟ ਜਿਹੜੀ ਉਹ ਤੇ 0% ਟਰੱਕਰਸ ਓਨਰਸ ਦੀ ਹੈਲਪ ਕਰਦੀ ਆ ਸੋ ਚਾਹੇ ਉਹ ਸਿੰਗਲ ਓਨਰ ਆਪਰੇਟਰ ਆ ਚਾਹੇ ਉਹ ਕੰਪਨੀ ਦਾ ਓਨਰ ਆ ਸੋ ਉਹ ਇੱਕ ਜਿਹੜੇ ਈਵੀ ਵਾਲੇ ਟਰੱਕ ਹੈ ਜੇ ਅੱਜ ਤੁਸੀਂ ਟੈਸਲਾ ਵੱਲ ਵੀ ਜਾਣਦੇ ਆ ਤਾਂ 3.5 ਤੋਂ 4 ਲੱਖ ਤੋਂ ਸਟਾਰਟ ਹੁੰਦੇ ਹੈ ਟਰੱਕ ਸੋ ਜਿਹੜੇ ਆਮ ਰੈਗੂਲਰ ਡੀਜ਼ਲ ਵਾਲੇ ਟਰੱਕ ਹੈਗੇ ਨੇ ਉਹ ਟਰੱਕ ਹੁੰਦੇ ਹੈਗੇ 2 1225 ਦੇ ਵਿੱਚ ਵਿੱਚ ਜਦ ਕੀ ਦਾ 2 ਸਾਲ ਜਿਹੜਾ ਪਹਿਲਾ ਪ੍ਰਾਈਸ ਸੀਗਾ 172 200 ਦੇ ਵਿੱਚ ਵਿੱਚ ਸੀਗਾ ਸੋ ਵੈਸੇ ਵੀ ਦੇਖੋ ਚਾਹੇ ਉਹ ਡੀਜ਼ਲ ਵਾਲੇ ਉਹਦੇ ਵੀ ਪ੍ਰਾਈਸ ਵੱਧ ਗਏ ਆ ਪਰ ਉਹਦੇ ਨਾਲ ਨਾਲ ਜਿਹੜਾ ਆ ਕਿ ਈਬੀ ਦੇ ਜਿਹੜੇ ਆ ਉਹ ਹੁਣ ਕੀ ਸਾਨੂੰ ਫਾਇਦੇ ਦੇਣਗੇ ਕੀ ਨਹੀਂ ਦੇਣਗੇ ਉਹ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ ਸਾਨੂੰ ਪਤਾ ਲੱਗੂਗਾ ਪਰ ਹਾਂ ਜੇ ਇੱਕ ਆਪਾਂ ਜਰੂਰ ਸੋਚਦੇ ਹੋ ਸਕਦਾ ਕਿ ਸਿਟੀ ਦੇ ਵਿੱਚ ਜੇ ਸ਼ੁਰੂਆਤ ਕਰਨ ਈਬੀ ਦੀ ਤਾਂ ਮੇਰੇ ਹਿਸਾਬ ਦੇ ਨਾਲ ਹੋ ਸਕਦਾ ਵੀ ਇਹ ਕਿਤੇ ਨਾ ਕਿਤੇ ਆ ਕੇ ਚੱਲ ਸਕਦੇ ਨੇ ਠੀਕ ਹੈ ਤਾਂ ਸਾਡੀ ਜਿਹੜੀ ਫੈਡਰਲ ਸਰਕਾਰ ਆ ਉਹਨਾਂ ਦਾ ਇੱਕ ਪ੍ਰੋਗਰਾਮ ਵੀ ਚੱਲ ਰਿਹਾ ਹੈ ਜਿਦੇ ਵਿੱਚ ਕੁਝ ਸ਼ਰਤਾਂ ਦੇ ਨਾਲ 2 ਲੱਖ ਡਾਲਰ ਤੱਕ ਦੀ ਜਿਹੜੀ ਇੱਕ ਤਰ੍ਹਾਂ ਦੀ ਸਰਕਾਰ ਵੱਲੋਂ ਇਨਸੈਂਟਿਵ ਹੈ ਉਹ ਦਿੱਤੇ ਜਾ ਰਹੇ ਨੇ ਜਿਹੜੇ ਲੋਕ ਇਲੈਕਟ੍ਰੀਕਲ ਜਿਹੜੇ ਟਰੱਕਸ ਜਿਹੜੇ ਆ ਖਰੀਦ ਰਹੇ ਨੇ ਉਹਦੀ ਜਿਹੜੀ ਜਾਣਕਾਰੀ ਹੈ ਉਹ ਅਸੀਂ ਸਕਰੀਨ ਤੇ ਵੀ ਪਾ ਰਹੇ ਆ ਤਾਂ ਕਿ ਉਹਦੀ ਡਿਟੇਲਸ ਜਿਹੜੀ ਹੈ ਜਾ ਕੇ ਉਹ ਜਿਹੜੇ ਸਾਡੇ ਵੀ ਟ੍ਰੱਕ ਇੰਡਸਟਰੀ ਵਾਲੇ ਆ ਜਿਹੜੇ ਇਲੈਕਟ੍ਰਿਕ ਟ੍ਰੱਕ ਖਰੀਦਣਾ ਚਾਹੁੰਦੇ ਆ ਉਹਦੇ ਬਾਰੇ ਹੋਰ ਵੀ ਸਟੱਡੀ ਕਰ ਸਕਣ ਚਾਹੇ ਉਹ ਖੁਦ ਓਨਰ ਆਪਰੇਟਰ ਹੋਣ ਚਾਹੇ ਉਹ ਕੰਪਨੀਆਂ ਦੇ ਓਨਰਸ ਹੋਣ ਤਾਂ ਜਿਹੜੀ ਸਰਕਾਰ ਵੱਲੋਂ ਜਿਹੜੇ 2 ਲੱਖ ਦੀ ਜਿਹੜੀ ਇਨਸੈਂਟਿਵ ਦੀ ਪ੍ਰੋਵੀਜ਼ਨ ਹੈ ਉਹਦੇ ਬਾਰੇ ਹੋਰ ਵੀ ਇਨਫੋਰਮੇਸ਼ਨ ਉਹ ਲੈ ਸਕਦੇ ਤਾਂ ਸਿਟੀ ਦੇ ਵਿੱਚ ਤੁਸੀਂ ਸੋ ਫਾਰ ਅਗਰ ਦੇਖਿਆ ਹੋਵੇ ਕਿੰਨੀ ਕੁ ਨੈਟਵਰਕਿੰਗ ਹੋਈ ਆ ਯਾਰਡਾਂ 'ਚ ਕਿੰਨੇ ਕੁ ਚਾਰਜਰ ਲੱਗ ਚੁੱਕੇ ਆ ਤਾਂ ਕਿੰਨੀ ਕੁ ਦੇਰ ਬਾਅਦ ਇੱਕ ਟਰੱਕ ਨੂੰ ਦੁਬਾਰਾ ਤੋਂ ਚਾਰਜ ਕਰਨਾ ਪੈਂਦਾ ਦੇਖੋ ਜੀ ਰਾਈਟ ਨਾਓ ਜੇ ਮੈਂ ਕਮਾ ਤਾਂ ਮੈਨੂੰ ਲੱਗਦਾ ਨਹੀਂ ਵੀ 0% ਵੀ ਕਿਤੇ ਮੈਂ ਚਾਰਜ ਦੇਖਿਆ ਮੈਂ ਕਿਤੇ ਕਿਸੇ ਯਾਰਡ ਹਲੇ ਤੱਕ ਜਿੰਨੇ ਵੀ ਯਾਰਡ ਹੈਗੇ ਨੇ ਸਿਰਫ ਇੱਕ ਇੱਕ ਯਾਰਡਾਂ ਦੇ ਵਿੱਚ ਨਾ ਸਿਰਫ ਜਿਹੜਾ ਯਾਰਡ ਤੋਂ ਯਾਰਡ ਦੇ ਅੰਦਰ ਅੰਦਰ ਇਹ ਜਿਹੜੇ ਮੂਵ ਟਰੱਕ ਕਰਦੇ ਨੇ ਉਹਨਾਂ ਦੇ ਵਿੱਚ ਹੋ ਸਕਦਾ ਕੋਈ ਟਾਵਾ ਕੋਈ ਇੱਕ ਅੱਧਾ ਟੱਕ ਕਿਉਂਕਿ ਉਹਦੀ ਕੋਸਟ ਬਹੁਤ ਆ ਜਦੋਂ ਤੱਕ ਜਦੋਂ ਤੱਕ ਗਵਰਨਮੈਂਟ ਉਹਦੇ ਵਿੱਚ ਨਹੀਂ ਟਰੱਕਰਸ ਨੂੰ ਹੈਲਪ ਕਰਦੀ ਕਿਉਂਕਿ ਇਲੈਕਟ੍ਰੀਕਲ ਨੇ ਵੀ ਤੇ ਆਪਣੇ ਬਿਜਲੀ ਖਾਣੀ ਆ ਤੇ ਉਹ ਜਿਹੜੇ ਡੀਜ਼ਲ ਹੈ ਉਹ ਉਹਨਾਂ ਨੂੰ ਚੀਪਰ ਪੈਂਦਾ ਚੀਪਰ ਇਸ ਕਰਕੇ ਕਹਿ ਸਕਦੇ ਹਾਂ ਕਿਉਂਕਿ ਉੱਥੇ ਅੰਦਰੇ-ਅੰਦਰ ਚੱਲਣਾ ਸੋ ਇਲੈਕਟ੍ਰੀਕਲ ਜੇ ਆਊਗਾ ਪਰ ਉਹਦਾ ਪ੍ਰਾਈਸ ਥੱਲੇ ਲੈ ਕੇ ਆਉਣਾ ਪਊਗਾ ਉਹਦੇ ਉਹਦਾ ਮੁਕਾਬਲਾ ਕਰ ਔਰ ਔਰ ਇਲੈਕਟ੍ਰੀਕਲ ਦੇ ਜਿਹੜੇ ਬੋਰਡਸ ਨੇ ਜਾਂ ਕੁਝ ਵੀ ਉਹਦੇ ਵਿੱਚ ਵੀ ਇਹਨਾਂ ਨੂੰ ਹੈਲਪ ਕਰਨੀ ਪਊਗੀ ਕਿ ਜਿੱਥੇ ਚਾਰਜੇਬਲ ਕਿਉਂਕਿ ਇੰਨੇ ਪੈਸੇ ਲਾ ਕੇ ਇਲੈਕਟ੍ਰੀਕਲ ਜਿਹੜੀਆਂ ਉਹ ਪਵਾ ਕੇ ਉਹਨੂੰ ਉਹ ਕਿਦਾਂ ਓਨਰ ਜਿਹੜੇ ਇਸ ਟਾਈਮ ਟਰੱਕਿੰਗ ਦਾ ਵੈਸੇ ਹੀ ਬਹੁਤ ਬੁਰਾ ਹਾਲ ਹੈ ਸੋ ਮੈਨੂੰ ਲੱਗਦਾ ਵੀ 800 ਕੰਪਨੀਆਂ ਜਿਹੜੀਆਂ ਆ ਤੁਸੀਂ ਬਲੀਵ ਕਰੋ ਵੀ ਜਨਵਰੀ ਦੇ ਮਹੀਨੇ ਜਿਹੜੀਆਂ ਕਲੋਜ਼ ਹੋ ਗਈਆਂ ਦੈਟਸ ਆ ਬਿਗ ਨੰਬਰਸ ਸੋ ਬੇਸਿਕਲੀ ਦੇ ਦੋ ਮੁੱਦੇ ਦੇਖੇ ਜਾਣ ਤੇ ਇੱਕ ਤੇ ਪਹਿਲਾ ਟਰੱਕ ਜਿਹੜੇ ਆ ਉਹ ਖਰੀਦਨੇ ਹੀ ਮਹਿੰਗੇ ਆ ਜੀ ਕੰਵਰਸੇਬਲ ਜਿਹੜੇ ਇੰਜਨ ਵਾਲੇ ਟਰੱਕ ਆ ਚਾਹੇ ਡੀਜ਼ਲ ਵਾਲੇ ਆ ਚਾਹੇ ਇੱਕ ਤੇ ਉਹਦੇ ਨਾਲੋਂ ਪ੍ਰਾਈਸ ਇਲੈਕਟ੍ਰਿਕ ਟਰੱਕਾਂ ਦੀ ਇਹਨਾਂ ਦਾ ਕਹਿਣਾ ਕਿ ਪਹਿਲਾਂ ਹੀ ਬਹੁਤ ਜ਼ਿਆਦਾ ਹੈ ਦੂਜੀ ਗੱਲ ਉਹਨਾਂ ਨੂੰ ਚਾਰਜ ਕਰਨਾ ਉਹਨਾਂ ਟਰੱਕਸ ਨੂੰ ਜਿਹੜੇ ਚਾਰਜਿੰਗ ਵਾਸਤੇ ਇਕੁਪਮੈਂਟ ਜਿਹੜਾ ਚਾਹੀਦਾ ਹੈ ਚਾਰਜਰ ਚਾਹੀਦੇ ਆ ਉਹ ਵੀ ਜਦੋਂ ਪ੍ਰਾਈਵੇਟ ਬੰਦਾ ਲਗਵਾਏਗਾ ਉਹਦੇ ਤੇ ਹੋਰ ਕਾਸਟ ਪਏਗੀ। ਤੋਂ ਇਹਦੇ ਲਈ ਸਰਕਾਰ ਨੇ ਪਿੱਛੇ ਜੀ ਇੱਕ ਪ੍ਰੋਗਰਾਮ ਕੱਢਿਆ ਵੀ ਸੀ ਕਿ ਚਾਰਜਿੰਗ ਜੇ ਤੁਸੀਂ ਸਟੇਸ਼ਨ ਲਗਾਉਂਦੇ ਹੋ ਬਣਾਉਂਦੇ ਹੋ ਸਰਕਾਰ ਕੁਝ ਫੰਡਿੰਗ ਕਰੇਗੀ। ਉਹਦੇ ਬਾਰੇ ਤੁਹਾਡੇ ਕੋਲ ਪੂਰੀ ਜਾਣਕਾਰੀ ਹਜੇ ਨਹੀਂ ਹੈ ਪਰ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈ ਕਿ ਓਨਰ ਆਪਰੇਟਰ ਹੋਵੇ ਜਾਂ ਉਹਨਾਂ ਨੂੰ ਜਿਹੜੇ ਯਾਰਡ ਜਿੱਥੇ ਟਰੱਕ ਖੜੇ ਕਰਦੇ ਆ ਯਾਰਡ ਕਿਸੇ ਹੋਰ ਦਾ ਹੁੰਦਾ ਉਹ ਯਾਰਡ ਉਹ ਨਹੀਂ ਕਰਦੇ। ਉਹ ਜਿਹੜਾ ਫਿਰ ਯਾਰਡ ਦਾ ਮਾਲਕ ਹੈ ਕਿ ਉਹ ਆਪ ਆਪਣੇ ਖਰਚੇ ਦੇ ਉੱਤੇ ਉਹਨਾਂ ਨੂੰ ਇਹ ਚਾਰਜਿੰਗ ਲਗਵਾ ਕੇ ਦੇਣ ਨੂੰ ਤਿਆਰ ਹੈ ਸੋ ਚਾਰਜਿੰਗ ਸਟੇਸ਼ਨ ਲਗਾ ਕੇ ਦੇਣ ਨੂੰ ਤਿਆਰ ਹੈ ਜੇ ਨਹੀਂ ਹੈ ਤੇ ਇੱਕ ਆਮ ਸਧਾਰਨ ਓਨਰ ਆਪਰੇਟਰ ਟ੍ਰਿਪਲ ਇਲੈਕਟ੍ਰਿਕ ਟਰੱਕ ਖਰੀਦੇ ਫਿਰ ਚਾਰਜਿੰਗ ਸਟੇਸ਼ਨ ਵੀ ਆਪਣੇ ਹਿਸਾਬ ਨਾਲ ਆਪ ਲਾਵੇ ਤਾਂ ਇੰਨੀ ਜ਼ਿਆਦਾ ਉਹ ਇਨਵੈਸਟਮੈਂਟ ਵੀ ਕਰੇ ਉਹਨੂੰ ਕਿੰਨੀ ਕੀ ਰਿਟਰਨ ਹੈ ਲੌਂਗ ਰਨ ਦੇ ਵਿੱਚ ਤੇ ਫਿਰ ਇਹ ਵੀ ਕੰਡੀਸ਼ਨ ਆਪਾਂ ਸਮਝ ਲਈਏ ਕਿ ਉਹ ਲੌਂਗ ਹਾਲ ਦੇ ਵਿੱਚ ਉਹ ਟਰੱਕ ਲੈ ਇਲੈਕਟ੍ਰਿਕ ਲੈ ਕੇ ਜਾ ਸਕਦਾ ਉਹਨੂੰ ਉਹ ਟਰੱਕ ਵੀ ਫਿਰ ਵਿਦਨ ਸਿਟੀ ਹੀ ਰਹਿ ਕੇ ਚਲਾਉਣਾ ਪਏਗਾ। ਤੋਂ ਸਿਟੀ ਦੇ ਵਿੱਚ ਕਿੰਨੇ ਕੁ ਟਰੱਕ ਜਿਹੜੇ ਆ ਇਲੈਕਟ੍ਰਿਕ ਚੱਲ ਰਿਹਾ ਹਜੇ ਕਿੰਨੇ ਕੁ ਲੋਕੀ ਐਨਕਰੇਜ ਹੋ ਰਿਹਾ ਇੱਕ ਵੱਖਰਾ ਸਵਾਲ ਹੈ। ਸਭ ਤੋਂ ਕਈ ਵੱਡੀਆਂ ਕੰਪਨੀਆਂਸ ਆ ਵੋਲਮਾਰਟ ਵਗੈਰਾ ਉਹਨਾਂ ਨੇ ਪਰ ਆਪਣੀਆਂ ਕੁਝ ਫਲੀਟਸ ਜਿਹੜੀਆਂ ਉਹ ਲੈਂਦੀਆਂ ਇਲੈਕਟ੍ਰਿਕ ਟਰੱਕਾਂ ਦੀਆਂ ਤੁਹਾਨੂੰ ਲੱਗਦਾ ਹੈ ਕਿ ਵੱਡੀਆਂ ਕੰਪਨੀਆਂ ਫਿਲਹਾਲ ਫੋਰਸ ਕੱਲੀਆਂ ਕਰ ਪਾ ਰਹੀਆਂ ਹਨ। ਮੈਂ ਉਹਦੇ ਵਿੱਚ ਅਸੀਂ ਜਾਣਨ ਦੀ ਇਹ ਵੀ ਬੜੀ ਕੋਸ਼ਿਸ਼ ਕੀਤੀ ਸਾਡੀ ਜਿਹੜੀ ਇੱਥੇ ਦੀ ਸਭ ਤੋਂ ਵੱਡੀ ਸੰਸਥਾ ਹੈਗਾ ਕੈਨੇਡੀਅਨ ਟਰੱਕਰਸ ਐਸੋਸੀਏਸ਼ਨ ਜਿਹੜੀ ਹੈਗੀ ਜਿਹੜੀ ਇਸ ਟਾਈਮ ਪੂਰੀ ਇੰਡਸਟਰੀ ਨੂੰ ਐਕਚੁਅਲੀ ਸਾਰੀ ਗੱਲਬਾਤ ਜਿਹੜੀ ਗਵਰਨਮੈਂਟ ਤੱਕ ਪਹੁੰਚਾਉਂਦੀ ਸਾਡਾ ਵੀ ਉਹਨਾਂ ਦੇ ਨਾਲ ਰਿਸ਼ਤਾ ਜੀ ਹਨਾ ਸੋ ਅਸੀਂ ਉਹਨਾਂ ਕੋਲੋਂ ਵੀ ਆਪਣੇ ਐਡਵਾਈਸ ਲੈਣੇ ਵੀ ਅਸੀਂ ਅੱਗੇ ਟਰੱਕਿੰਗ ਨੂੰ ਕਿੱਦਾਂ ਨੂੰ ਦੇਖਦੇ ਆ ਸੋ ਜਦੋਂ ਅਸੀਂ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਕਿਉਂਕਿ ਇਹ ਕੋਲਡੈਸਟ ਕੰਟਰੀ ਆ ਜਿਹੜੀ ਕੈਨੇਡਾ ਆ ਇਟਸ ਵੈਰੀ ਕੋਲਡ ਸੋ ਇੱਕ ਇੱਥੇ ਸਟਾਰਮ ਜਦੋਂ ਆਉਂਦੇ ਨੇ ਤਾਂ ਬਹੁਤ ਵੱਡੀ ਦਿੱਕਤ ਬਾਜ਼ੀਆਂ ਦੀ ਉਹਨੂੰ ਟਰੱਕਰਸ ਨੂੰ ਕੱਢਣ ਵਾਸਤੇ ਜਦੋਂ ਤੁਸੀਂ ਈਸਟ ਨੂੰ ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਜ਼ਿਕਰ ਕੀਤਾ ਜਾਏ ਆਪਾਂ ਇਹ ਕਯੂਬਿਕ ਵਾਲੀ ਸਾਈਡ ਨੂੰ ਚੱਲ ਜੀਏ ਚਾਹੇ ਆਪਾਂ ਵਿਨੀ ਪੈਗ ਵਾਲੀ ਸਾਈਡ ਨੂੰ ਚੱਲ ਜੀਏ ਜਿਹੜਾ ਇਹ 2800 ਕਿਲੋਮੀਟਰ ਇੱਕ ਕੱਢਣਾ 2800 ਕਿਲੋਮੀਟਰ ਤੋਂ ਬਣਦਾ ਵੀ ਨਹੀਂ ਪੈਗ ਤੱਕ ਸੋ ਤੁਸੀਂ ਦੇਖੋ ਵੀ ਉਹਦੇ ਵਿੱਚ ਸਿੰਗਲ ਰੋਡ ਆ ਤੇ ਇਲੈਕਟ੍ਰੀਕਲ ਦੇ 100 100 ਕਿਲੋਮੀਟਰ ਤੱਕ ਕਿਤੇ ਵੀ ਫੋਨ ਦੀ ਅਰੇਂਜ ਨਹੀਂ ਆਉਂਦੀ ਤੁਸੀਂ ਬਲੀਵ ਕਰੋ ਸਮ ਆਫ ਪਲੇਸਿਸ 100 ਕਿਲੋਮੀਟਰ ਤੱਕ ਅਰੇਂਜ ਨਹੀਂ ਆਦੀ ਸੋ ਸਾਡੇ ਲਈ ਬੜਾ ਚੈਲੈਂਜਿੰਗ ਹੋਊਗਾ ਕੈਨੇਡਾ ਲਈ ਸਪੈਸ਼ਲੀ ਕਿਉਂਕਿ ਆਪਾਂ ਕੋਲਡ ਸੋ ਹੋ ਸਕਦਾ ਸਮਰ ਦੇ ਵਿੱਚ ਵੀ ਆਰ ਓਕੇ ਵਿਦ दैट ਕਿ ਕਿ ਜੇ ਚਾਰਜਰ ਲਾਦਣ ਚੱਲ ਜੂ ਪਰ ਵਿంటర్ ਦੇ ਵਿੱਚ ਆ ਕੇ ਬਹੁਤ ਵੱਡੇ ਇਸ਼ੂਜ਼ ਦਾ ਸਾਹਮਣਾ ਕਰ ਨੂੰ ਇਲੈਕਟ੍ਰੀਕਲ ਜੇ ਹੁਣ ਸਟਾਰਮ ਪੈ ਗਿਆ ਕੋਣ ਅੱਜ ਦੇ ਟਾਈਮ ਦੇ ਵਿੱਚ ਇਲੈਕਟ੍ਰੀਕਲ ਇਲੈਕਟ੍ਰੀਕਲ ਜਿਹੜੀਆਂ ਹੈਗੇ ਈਲਡੀ ਡਵਾਈਸ ਲੱਗੇ ਹੋਏ ਆਪਣੇ ਟਰੱਕਾਂ ਦੇ ਵਿੱਚ ਤੁਹਾਡੀ ਡਰਾਈ ਵੀ ਮੋਗੀ ਤੁਹਾਨੂੰ ਉੱਥੋਂ ਵੀ ਟਿਕਟ ਮਿਲ ਸਕਦੀ ਉਸ ਤੋਂ ਬਾਅਦ ਤੁਹਾਡੀ ਜੇ ਬੈਟਰੀ ਉੱਥੇ ਡੈਡ ਹੋ ਗਈ ਵੇਅਰ ਯੂ ਕੈਨ ਗੋ ਕਿੱਦਾਂ ਤੁਸੀਂ ਚਾਰਜ ਕਰੋ ਜਿਹੜੀ ਹੁਣ ਦੇ ਟਰੱਕ ਜਿਹੜੇ ਦੂਸਰੇ ਹੈਗੇ ਡੀਜ਼ਲ ਵਾਲੇ ਆ ਉਹ ਤੁਸੀਂ ਡੀਜ਼ਲ ਪਾਉਂਗੇ ਜਾਂ ਵੈਸੇ ਤਾਂ ਉਹ ਅੱਜ ਤੱਕ ਡੀਜ਼ਲ ਦੇ ਕਰਕੇ ਕਦੇ ਕੋਈ ਟਰੱਕ ਨਹੀਂ ਹਾਈਵੇ ਤੇ ਖੜਿਆ ਪਰ ਇਲੈਕਟ੍ਰੀਕਲ ਕਰਕੇ ਖੜੂਗੇ ਟਰੱਕ ਔਰ ਉਹਦੇ ਕਰਕੇ ਰੋਡ ਵੀ ਬਲੌਕ ਹੋਣਗੇ ਉਹ ਇਹ ਬਹੁਤ ਵੱਡਾ ਇੱਕ ਹੋਰ ਚੈਲੰਜ ਹੈਗਾ ਇਹਦੇ ਵਿੱਚ ਠੀਕ ਹੈ ਜੀ ਬੇਸਿਕਲੀ ਲੌਂਗ ਹਾਲ ਵਾਸਤੇ ਆਪਾਂ ਅੰਡਰਸਟੈਂਡ ਕਰ ਰਹੇ ਆ ਕਿ ਵੱਡਾ ਚੈਲੰਜ ਇਹੀ ਹੈ ਕਿ ਇੱਕ ਟਰੱਕ ਨੂੰ ਚਾਰਜ ਕਰਨ ਤੋਂ ਬਾਅਦ ਜਿੰਨਾ ਡਿਸਟੈਂਸ ਉਹ ਕਵਰ ਕਰ ਸਕਦਾ ਹੈ ਉਹਨੇ ਦੇ ਵਿੱਚ ਵਿੱਚ ਜਾਂ ਉਸ ਤੋਂ ਕਿਤੇ ਵੱਧ ਸੇਫ ਰੱਖ ਕੇ ਹਰ ਇੱਕ ਸੈਗਮੈਂਟ ਦੇ ਵਿੱਚ ਹਰ ਇੱਕ ਪਾਰਟ ਦੇ ਵਿੱਚ ਲਗਾਤਾਰ ਚਾਰਜਿੰਗ ਸਟੇਸ਼ਨ ਹੋਣੇ ਚਾਹੀਦੇ ਤਾਂ ਕਿ ਟਰੱਕਰ ਰਿਲੈਕਸ ਹੋ ਕੇ ਜਾਵੇ ਕਿ ਜਿੱਥੇ ਕਿਤੇ ਲੋਡ ਪਈ ਚਾਰਜਿੰਗ ਸਟੇਸ਼ਨ ਅਵੇਲੇਬਲ ਹੋਣਗੇ ਜਦ ਤੱਕ ਇਹ ਕੰਫੀਡੈਂਸ ਬਿਲਡ ਨਹੀਂ ਹੁੰਦਾ ਤਦ ਤੱਕ ਇਹ ਵੱਡਾ ਚੈਲੰਜ ਬਣਿਆ ਰਹੇਗਾ ਸਿਟੀ ਦੇ ਵਾਸਤੇ ਜ਼ਰੂਰ ਜਿਹੜੇ ਟਰੱਕਰਜ਼ ਨੇ ਜਿਹੜੇ ਆਨਰ ਆਪਰੇਟਰਸ ਨੇ ਕੰਪਨੀਆਂ ਦੇ ਮਾਲਕ ਨੇ ਉਹ ਕਨਸਿਡਰ ਕਰਨ ਨੂੰ ਤਿਆਰ ਵੀ ਨੇ ਅਸੀਂ ਉਹਨਾਂ ਨਾਲ ਗੱਲਬਾਤ ਵੀ ਕਰ ਰਹੇ ਹਾਂ ਉਹ ਇਹਨੂੰ ਪੋਜ਼ਿਟਿਵਲੀ ਲੈ ਵੀ ਰਹੇ ਨੇ ਕਿ ਯੈਸ ਦੇ ਆਰ ਇੰਟਰਸਟਿਡ ਪ੍ਰੋਵਾਈਡਡ ਕਿ ਸਰਕਾਰ ਕੁਝ ਹੋਰ ਇਨਸੈਂਟਿਵ ਉਹਨਾਂ ਨੂੰ ਦੇਵੇ ਟਰੱਕ ਨੂੰ ਬਾਏ ਕਰਨ ਲੱਗਿਆਂ ਅਨਵਰਡਸ ਅੱਗੇ ਚੱਲ ਕੇ ਕੰਪਨੀਆਂ ਨੂੰ ਕਿਸੇ ਨਾ ਕਿਸ ਤਰ੍ਹਾਂ ਇਨਸੈਂਟਿਵ ਮਿਲਦੇ ਰਹਿਣ ਤਾਂ ਕਿ ਉਹ ਇਨਕਰੇਜ ਹੋਣ ਤੇ ਹੋਰ ਇਸ ਫੀਲਡ ਦੇ ਵਿੱਚ ਉਹ ਟਰਕਿੰਗ ਕਿਤੇ ਚ ਕੰਮ ਕਰਦੇ ਆ ਹੋਣ ਆ ਇਲੈਕਟ੍ਰਿਕ ਟਰੱਕ ਖਰੀਦਣ ਬਾਰੇ ਹੋਰ ਵਿਚਾਰ ਉਹ ਕਰ ਸਕਣ ਤੁਸੀਂ ਇਸ ਨਾਲ ਕੋਈ ਲਾਸ ਦੇ ਵਿੱਚ ਇਸੇ ਵਿਸ਼ੇ ਤੇ ਕੁਝ ਐਡ ਕਰਨਾ ਚਾਹੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਅਸੀਂ ਆਪ ਖੁਦ ਵੀ ਚਾਹੁੰਦੇ ਹਾਂ ਕਿ এনਵਾਇਰਨਮੈਂਟ ਸਾਡਾ ਕਲੀਨ ਰਵੇ ਸਾਡੀ ਕੰਟਰੀ ਆ ਅਸੀਂ ਇੱਥੇ ਰਹਿਣਾ ਸਾਡੇ ਬੱਚਿਆਂ ਨੇ ਵੀ ਇੱਥੇ ਰਹਿਣ ਸੋ ਸਾਡੀ ਗਵਰਨਮੈਂਟ ਬੋਰੇ ਇਹੀ ਹਮੇਸ਼ਾ ਗੁਜ਼ਾਰਸ਼ ਸੀ ਕਿ ਪਹਿਲਾਂ ਉਹਦਾ ਸਟਰਕਚਰ ਤਿਆਰ ਕੀਤਾ ਜਾਵੇ ਫਿਰ ਉਹਨੂੰ ਇੰਪਲੀਮੈਂਟ ਕੀਤਾ ਜਾਵੇ ਬਸ ਇਹੀ ਕਹਿਣਾ ਚਾਹੁੰਦਾ ਕਿ ਜੇ ਟਰੱਕ ਲੈ ਕੇ ਆਣਿਓ ਤਾਂ ਉਹਦਾ ਸਟਰਕਚਰ ਜ਼ਰੂਰ ਪ੍ਰੋਪਰ ਵੇ ਦੇ ਨਾਲ ਤਿਆਰ ਕੀਤਾ ਜਾਵੇ ਠੀਕ ਹੈ ਤੁਸੀਂ ਜਿਹੜੀ ਤੁਹਾਡੀ ਇਹ ਕੈਨੇਡੀਅਨ ਟਰੱਕਰਜ਼ ਵੈਲਫੇਅਰ ਐਸੋਸੀਏਸ਼ਨ ਹੈ ਕਿੰਨੇ ਕੁ ਮੈਂਬਰ ਹੈ ਇਹਦੇ ਇਹਦੇ ਵਿੱਚ ਸਾਡੇ ਕੋਲ 1000 ਪਲੱਸ ਮੈਂਬਰ ਹੈ ਜੀ 1000 ਪਲੱਸ ਯਸ ਤੋਂ ਲਗਭਗ 1000 ਤੋਂ ਵੱਧ ਇਹਨਾਂ ਦੇ ਮੈਂਬਰਸ ਨੇ ਤਾਂ ਸਤਨਾਮ ਹੋ ਰਾਂ ਦੀ ਜਿਹੜੀ ਆਵਾਜ਼ ਹੈ ਉਹ 1000 ਤੋਂ ਵੱਧ ਟਰੱਕਰ ਤੱਕ ਪਹੁੰਚਦੀ ਹੈ ਜਦੋਂ ਇਹ ਗੱਲ ਕਰਦੇ ਆ ਤੇ ਉਮੀਦ ਹੈ ਕਿ ਜਿਹੜੀ ਅਸੀਂ ਇੰਟਰਵਿਊ ਅੱਜ ਕੀਤੀ ਇਹਨਾਂ ਦੀ ਇਹ ਅਵੇਅਰਨੈਸ ਅਸੀਂ ਲਿਆਉਣਾ ਚਾਹੁੰਦੇ ਆ ਟਰੱਕਰਜ਼ ਦੇ ਵਿੱਚ ਔਰ ਇੱਕ ਪਲੇਟਫਾਰਮ ਹੈ ਨਾ ਕੋ ਬੜਾ ਸਟਰੋਂਗ ਪਲੇਟਫਾਰਮ ਹੈ ਜਿਹਦੇ ਰਾਹੀਂ ਜਦੋਂ ਜਦੋਂ ਵੀ ਕੋਈ ਅਵੇਅਰਨੈਸ ਦੀ ਗੱਲ ਆਏਗੀ ਇਸ ਫੀਲਡ ਦੇ ਵਿੱਚ ਇਹ ਵੀ ਨੂੰ ਲੈ ਕੇ ਜਿਹੜੇ ਇਲੈਕਟ੍ਰਿਕ ਵਹੀਕਲਸ ਨੂੰ ਲੈ ਕੇ ਇਹ ਆਪਣੇ ਹੈਵੀ ਵਹੀਕਲ ਜਾਂ ਮੀਡੀਅਮ ਤੇ ਆਪਣੇ ਮੈਂਬਰਸ ਤੱਕ ਇਹ ਗੱਲ ਸਾਡੀ ਪਹੁੰਚਾਉਂਦੇ ਰਹਿਣਗੇ ਤੁਹਾਡਾ ਸਟੂਡੀਓ ਜਾਣ ਲਈ ਇਸਰਾਮ ਜੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਥੈਂਕ ਯੂ ਸਾਰੀ ਸਸ ਸਤਿ ਸ਼੍ਰੀ ਅਕਾਲ ਥੈਂਕ ਯੂ